ਕੇਰਲ ਦੇ ਪ੍ਰੇਮਾ ਚੰਦਰਾ ਚਾਰ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਪਹਿਲੀ ਵਾਰ ਆਪਣੀ ਪਤਨੀ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਹਨਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਨਤਮਸਤਕ ਹੋ ਕੇ ਮੱਥਾ ਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਗੁਰਦੁਆਰਾ ਕਮੇਟੀ ਦੇ ਵੱਲੋਂ ਉਹਨਾਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮੈਂ ਅੱਜ ਮੇਰੇ ਬੀਵੀ ਕੇ ਸਾਥ ਡਾਕਟਰ ਗੀਤਾ ਕੇ ਸਾਥ ਹਮਨੇ ਗੋਲਡਨ ਟੈਂਪਲ ਕੋ ਦਰਸ਼ਨ ਕੀਆ। ਬਹੁਤ ਬਹੁਤ ਖੁਸ਼ੀ ਹੋ ਗਿਆ ਕਿਉਂਕਿ ਦ ਕਾਮ ਐਟਮੋਸਫੀਅਰ ਦ ਹਾਈਜੀਨਿਕ ਕੰਡੀਸ਼ਨਸ ਆਫ ਦ ਗੋਲਡਨ ਟੈਂਪਲ ਐਂਡ ਹਜ਼ਾਰੋਂ ਹਜ਼ਾਰੋਂ ਪੀਪਲ ਆਤਮੀਓਂ ਉਧਰ ਆ ਰਹਾ ਹੈ ਬਹੁਤ ਸਾਇਲੈਂਸ ਹੈ ਕਾਮ ਸੇ ਕੋਈ ਵੀ ਪ੍ਰੋਬਲਮ ਨਹੀਂ ਹੈ ਕੁਛ ਵੀ ਨਹੀਂ ਹੈ ਸ਼ਾਂਤ ਸੁੰਦਰ ਮਨ ਕੋ ਵੀ ਕੁਛ ਬਦਲ ਕਰਨਾ ਹੀ ਲਈ ਬਹੁਤ I have got a very spiritual change in my mind because so many people are coming but there is no noise, there is no rush, there is no hush, nothing is there. And it is a good experience as far as a person like me. Amritsar to Gajinder Singh King, the remote channel too.